کیا بات ہے جی کشتی بھاجی سنین پہلوان تے شراب پہلوان دی کشتی ہو رہی ہے ملکم کشتی گوشی پہلوان نئی پپو پہلوان نے تین منٹ کا ٹائم دتا جی ٹائم پہلوان تے کالی پہلوان تے پپو پہلوان نے تین منٹ دتا جی اے یقین کرو اوتے پپو پہلوان دا پٹا گرم ہوندے آ جی او کہندا میں تانوں دسا کشتی کیندی ہوندی ہے او ہلے وی تے بہت تگڑا جی ایک تاڑی والا پپو پہلوان دے نال ہی پاکستان دے ہر پہلوان کو رہیا جی ارا انٹرویو ویکھو یوٹیوب چینل تے تانوں پتہ لگا کدے کدے نال کھلے ہے دس تاریخ والے دن گوگا شاہی والے کھانے صبح 8 بجے دس تاریخ والے دن بڑی شاندار کشتیاں آئی ہیں صبح 8 بجے مالو خان پہلوان کسکے میں چاہ بڑی کشتی ایسے بار لاک ڈاؤن کی کشتی جی لاک ڈاؤن کی وڈی کشتی نے مرزا ہوا میں کالا پہلوان صدر لاہور ایسوسی ایشن تے شاہد پہلوان جیل میاں رستم جیل اے کشتی نے مرزا ہوا میں بیچ کس کی ہو یار دو یار اے بھی چاہے گا کوئی کوئی نہ ہمیں ایسے بار اے باؤں والی کشتی برابر ہوئی لاک ڈاؤن ہوئے بچ لاک ڈاؤن بس بس بھائی باہر آ گیا اور بس لاک ڈاؤن والی کشتی آئے گی یہاں باہر نکلا جا رہا پر باز نہیں آ رہی پپو شاہ لاک ڈاؤن والی کشتی جناب بتایا یہاں سارے باہر چلا ہی آ رہے یہاں تسی باہر آئے جا رہے اے لاک ڈاؤن والی کشتی ہوتے ہو پپو بس آ کر آ لاک ڈاؤن والی بھائی یہ چھوٹیاں کشتیاں جڑیاں نے دو تین رہ گئیاں نے انہوں نے جلدی جلدی مکاؤ پانچ دو تین جوڑا وڈیاں ہو گئی ہیں ہاں جی سنیل پہلوان دی تے شراب پہلوان دی انہوں نے دوواں دی کشتی ہو رہی ہے تے تاڑے پہلوان دی ہے بھا پورا چڑھاؤ جو منصف کہندے نے وہ دی گل سنو گا کیا ہی بات ہے جی اینا دیوہ بنا دیکھ تاری والا شناہ صاحب دی تیسری پہلوان دی شناہ پہلوان تیسری پہلوان یارا کھانے پہ باہر نکلے جنہیں منہ نے کھلنا ہے پپو پپو کارے پو ہندی کار چھوڑا پچھے باہر آنا نو اور دل آیا جنہیں کلین بھی شیئے ہے کیا ہی بات ہے ساجی زار پیا جائی زار پیا چلو کیا بات ہے جی سامن مہدی سامن پہلوان تے شرا پہلوان تے بھی کس کا دی چاہو سامن پہلوان تے شرا پہلوان مات خان مات پہل مالا دیرہ تری کشتی میرے کو لے کر آیا میں بھی پپا شیر پہل مال کیا جا آہاں ویچ بلا کے بار لوا دی آہاں ویچ بلا آنو میں بھی یار ساڈے تار انجن صاحب کہندے نے کہ تہاڈی مہربانی ہے کوئی وڈی کشتی او یار تھا ویکھو یار
ਤੁਹਾਡੀ ਮਿਹਰਬਾਨੀ ਹੈ ਕੀ ਬਾਤ ਹੈ ਤੜੀ ਬੜੀ ਕਬੱਡੀ ਕਬੱਡੀ ਮੁਕਾਬਲਾ ਕਬੱਡੀ ਕਬੱਡੀ ਹੋ ਗਏ ਕੀ ਬਾਤ ਹੈ ਕੀ ਬਾਤ ਹੈ ਬੜਾ ਬੜਾ ਨਾਲ ਕੀ ਬਾਤ ਹੈ ਬਈ ਮੇਰੀ 5000 ਰੁਪਏ ਮਾਨੀ ਹੈ ਕਾਲਾ ਪਹਿਲਵਾਨ ਦਾ ਲਾਂਜ ਹੈ 5000 ਰੁਪਏ ਮਾਨੀ ਸਾਬਰ ਪਹਿਲਵਾਨ 5000 ਰੁਪਏ ਮਾਨੀ ਆਓ ਜਿਹੜੇ ਪਹਿਲਵਾਨ ਦਾ ਘੁੱਲਣਾ 5000 ਰੁਪਏ ਮਾਨੀ ਜੇ ਤੇ ਪਹਿਲਵਾਨ ਆਵੇ ਜੱਲਾ ਦਾ ਕੋਈ ਵੀ ਆਵੇ 5000 ਰੁਪਏ ਮਾਨੀ ਕਾਲੇ ਭਾਂ ਦਾ ਲਾਣ ਹੈ ਅਗਰ ਕੋਈ ਪਹਿਲਵਾਨ ਹੈਗਾ ਆਪਣੀ ਯੂਨਿਟ ਵਿੱਚ ਗੋਲਡ ਹੋ ਗਿਆ ਹੈ ਇਹਦੀ ਆਰਮੀ ਦਾ ਗੋਲਡ ਮੈਡਲ ਜੇ ਆਪਣੀ ਯੂਨਿਟ ਦਾ ਚੈਂਪੀਅਨ ਹੋ ਕੇ ਆਇਆ ਜੇ ਇੱਕ ਤਾਰੀ ਵਾਲਾ ਸਾਡਾ ਪਹਿਲਵਾਨ ਦਾ ਨਾਮ ਹੈ ਕੀ ਬਾਤ ਹੈ ਜੀ ਮੈਂ ਜੀ ਸਾਬਰ ਭਾਂ ਨੂੰ 1000 ਰੁਪਏ ਨਾਮ ਦਿੱਤਾ ਕਾਲੇ ਪਹਿਲਵਾਨ ਨੇ ਉਹਨੇ ਕਿਹਾ ਤੂੰ ਗੋਲਡ ਮੈਡਲ ਹੋ ਕੇ ਆਇਆ ਕੋਈ ਗੱਲ ਭਈਆ ਬਾਹ ਥੱਲੇ ਰੱਖੀ ਬਾਹ ਥੱਲੇ ਰੱਖੀ ਭਈਆ ਬਾਹ ਥੱਲੇ ਰੱਖੀ ਤੇਰੀ ਮਿਹਰਬਾਨੀ ਹੈ ਯਾਰ ਮੇਰੀ ਗੱਲ ਸੁਣੋ ਹੈਲੋ ਆਂਦੇ ਯਾਰ ਅੰਦਰ ਉੱਤੇ ਚੜ੍ਹਦਾ ਸ਼ਰਾਰ ਵੀ ਮੈਂ ਆਂਦੇ ਪਾਸੇ ਕਲੀਵਰ ਗੋਸ਼ੀ ਜੀ ਕਲੀਵਰ ਗੋਸ਼ੀ ਜੀ ਇੱਧਰ 1000 ਰੁਪਏ ਇਨਾਮ ਸ਼ਾਹੀ ਪਹਿਲਵਾਨ ਨੂੰ ਕਾਲੇ ਪਹਿਲਵਾਨ ਨੇ ਦਿੱਤਾ 1000 ਰੁਪਏ ਇਨਾਮ ਤਾਂ ਕਿ ਮੈਂ ਖਾਲੇ ਦੀ ਖਿਦਮਤ ਕਰਦਾ ਕਿਆ ਬਾਤ ਹੈ ਜੀ ਕਾਲਾ ਪਹਿਲਵਾਨ ਯਾਰ ਤੁਹਾਡੀ ਮਿਹਰਬਾਨੀ ਹੈ ਮੁਸਲ ਦਾ ਫੈਸਲਾ ਦੇਖੋ ਮੁਸਲ ਕਿਸੇ ਨਾ ਕੁਰਾਨੀ ਮਾਨੀ ਜਿਆਤੀ ਨਾ ਕਰਾਵੇ ਕਾਲੇ ਭਾਂ ਦਾ ਲਾਣ ਹੈ ਕਿ ਮੁਨਸਫ ਕੁਰਾਨੀ ਮਾਨੀ ਕਿਸੇ ਨਾਲ ਜਿਆਤੀ ਨਾ ਕਰਾਵੇ ਚਾਹੇ ਕੋਈ ਵੀ ਹੈ ਯਾਰ ਮੇਰੀ ਗੱਲ ਸੁਣੋ ਭਾਗੋ ਸ਼ਰੀ ਪੱਪੂ ਨੂੰ ਉੱਧਰ ਕਰ ਦਿਓ ਮੁਨਸਫ ਪੱਪੂ ਨੂੰ ਉੱਧਰ ਕਰ ਦਿਓ ਲੈ ਜੀ ਕੀ ਬਾਤ ਹੈ ਭਾਈ ਕੁਸ਼ਤੀ ਸਾਫ਼ ਹੋਏਗੀ ਕੁਸ਼ਤੀ ਸਾਫ਼ ਕੁਸ਼ਤੀ ਸਾਫ਼ ਜੀ ਹਾਂ ਜੀ ਕੁਰਬਾਨ ਜਾਵਾਂਗੇ ਸ਼ਿਦਾਰ ਪਹਿਲਵਾਨ ਬਾਹਰ ਕੋਈ ਢਹਿ ਨਹੀਂ ਕਰੀ ਜੇਗੀ ਕਾਲੇ ਭਾਂ ਦਾ ਲਾਂਜ ਹੈ ਕਿ ਬਾਹਰ ਢਹਿ ਦੀ ਕਿ ਮੈਂ ਨਹੀਂ ਜੋ ਮੰਗਣੀ ਅੰਬਰ ਬਾਦਸ਼ਾਹ ਜਿਹੜੇ ਇੱਥੇ ਤੋਜੋ ਕਰੋ ਭਾਈ ਮੁਨਸਫ ਕੁਸ਼ਤੀ ਦਾ ਜੋ ਫੈਸਲਾ ਹੋਏਗਾ ਤੁਸੀਂ ਆਪਣੇ ਆਪ ਭਾਵੇਂ ਜਿੱਥੇ ਮਰਜ਼ੀ ਢਹਿਡੀ ਕਰ ਲੋ ਬਾਹਰ ਢਹਿਡੀ ਕੋਈ ਨੀ ਹੋਏਗੀ ਜੇ ਇੱਡਾ ਵੱਡਾ ਖਾਲਾ ਨੀ ਤੁਹਾਨੂੰ ਜੱਚਦਾ ਪਿਆ ਇਹ ਕੁਸ਼ਤੀ ਢਹਿਡੀ ਭਾਈ ਜੀ ਆਉਂਦੇ ਬਾਟ ਖਮੋਸ਼ੀ ਇੱਕ ਮਿੰਟ ਚੌਧਰੀ ਮਿਰਜ਼ਾ ਪੱਪੂ ਪਹਿਲਵਾਨ ਸਾਹਿਬ ਮੇਰੀ ਗੱਲ ਸੁਣੋ ਚੌਧਰੀ ਸਾਹਿਬ ਇੱਧਰ ਆਓ ਇੱਕ ਮਿੰਟ ਚੌਧਰੀ ਮਿਰਜ਼ਾ ਸਾਹਿਬ ਇੱਧਰ ਆਓ ਇੱਧਰ ਤੁਹਾਡੀ ਮਿਹਰਬਾਨੀ ਹੈ ਭਾਈ ਜੀ ਤੁਹਾਨੂੰ ਕਿਹਾ ਦੋ ਕੋਈ ਕਿਸੇ ਨੂੰ ਗੁੱਸਾ ਕਿਲਾ ਨਾ ਹੋਵੇ ਤੁਹਾਡੀ ਮਿਹਰਬਾਨੀ ਹੈ ਜੋ ਚੋਰੀ ਮੁਰਦਾ ਕਹਿੰਦਾ ਠੀਕ ਕਹਿ ਰਹੇ ਚੋਰੀ ਮੁਰਦਾ ਤੇ ਅਗਲਾ ਸਹੀ ਕਹਿ ਰਹੇ ਚੋਰੀ ਮਰਜ਼ੀ ਦਾ ਉਹ ਕਹਿ ਰਿਹਾ ਬਾਹਰ ਦਾ ਕੋਈ ਬੰਦਾ ਪੇਪਰ ਨਾ ਆ ਕੇ ਕਰਾਵੇ ਮੂਸਾ ਕਰਾਉਣ ਵਾਲੇ ਕਰਾਵੇ ਇੱਕ ਤਾਰੀ ਵਾਲਾ ਕੋਈ ਮਰਜ਼ੀ ਦਾ ਨਾ ਵੀ ਕੀ ਬਾਤ ਹੈ ਇਹ ਅੰਦਰ ਬੈਠੇ ਯਾਰ ਇਹਨਾਂ ਦੇ ਮਾਰਨ ਦਾ ਸ਼ੁਕਰ ਤਾਂ ਹੋ ਗਿਆ ਤੇ ਜੇ ਤਾਂ ਫਿਰ ਮੇਰੇ ਕੋਲ ਦਾਦਾ ਕੀ ਲੈਣਾ ਨਹੀਂ ਕਹਿੰਦਾ ਮੈਂ ਝੋਲੀ ਨਹੀਂ ਫਿਰ ਦੇਣੀ ਆਪ ਤਰ੍ਹਾਂ ਜਿਹੜੀ ਗੱਲ ਬਣਨੀ
Thank you.